ਸਿਲਵਰ ਮੈਡਲ ਜੇਤੂ ਸ਼ਾਰਦੁਲ ਵਿਹਾਨ ਦੇ ਪਰਿਵਾਰ ਨੇ ਮਨਾਇਆ ਜਸ਼ਨ। ਭਾਰਤ ਦੇ ਸ਼ਾਰਦੁਲ ਵਿਹਾਨ ਨੇ ਇੰਡੋਨੇਸ਼ੀਆ ਵਿਖੇ ਚੱਲ ਰਹੀਆਂ ਏਸ਼ੀਅਨ ਖੇਡਾਂ ਵਿੱਚ ਡਬਲ ਟ੍ਰੈਪ ਸ਼ੂਟਿੰਗ ਮੁਕਾਬਲੇ ਵਿੱਚ ਸਿਲਵਰ ਦਾ ਮੈਡਲ ਜਿੱਤਿਆ ਹੈ। 15 ਸਾਲਾ ਸ਼ਾਰਦੁਲ ਦੀ ਇਸ ਸ਼ਾਨਦਾਰ ਉਪਲਬਧੀ 'ਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਅਤੇ ਨੱਚ ਟੱਪ ਕੇ ਜਸ਼ਨ ਮਨਾਇਆ। ਸ਼ਾਰਦੁਲ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਸ਼ਾਰਦੁਲ ਨੇ ਇਸ ਉਮਰ ਵਿੱਚ ਹੀ ਜੋ ਉਪਲਬਧੀ ਹਾਸਲ ਕੀਤੀ ਹੈ ਉਸ ਤੋਂ ਉਸਦੇ ਮਾਤਾ ਪਿਤਾ ਜਿੰਨਾ ਖੁਸ਼ ਕੋਈ ਨਹੀਂ ਹੋ ਸਕਦਾ ਅਤੇ ਉਹਨਾਂ ਨੂੰ ਉਮੀਦ ਹੈ ਕਿ ਸ਼ਾਰਦੁਲ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਸ਼ਾਨਦਾਰ ਉਪਲਬਧੀਆਂ ਨਾਲ ਆਪਣੇ ਪਰਿਵਾਰ ਦਾ ਨਾਂ ਰੋਸ਼ਨ ਕਰਦਾ ਰਹੇਗਾ। ਸ਼ਰਾਰਤੇ ਤੋਂ ਬੱਚੇ ਕਰਤੇ ਹੀ ਹੈ, ਨੋਰਮਲ ਸ਼ਰਾਰਤੇ ਐਸੀ ਕੁਛ ਨਹੀਂ ਹੈ ਕਿ ਅਲੱਗ ਹੈ। ਉਹ ਕਹਿਣਾ ਇਹ ਕਿ ਜੈਸਾ ਆਪ ਜੀ ਨਾਮ ਰੋਸ਼ਨ ਕਰਿਆ ਅੱਗੇ ਵੀ ਐਸੀ ਕਰਦਾ ਰਹੇ। ਇਸੇ ਜ਼ਿਆਦਾ ਕੀ ਉਮੀਦ ਨਹੀਂ, ਗੋਲਡ ਕੀ ਉਮੀਦ ਤੀ, ਪਰ ਇਹ ਸਿਲਵਰ ਹੈ, ਬਹੁਤ ਅੱਛਾ ਹੈ। ਬਹੁਤ ਅੱਛਾ ਲੱਗ ਰਿਹਾ ਹੈ, ਦੇਸ਼ ਕਾ ਨਾਮ ਰੋਸ਼ਨ ਕੀਆ, 15 ਸਾਲ ਕਾ ਬੱਚਾ ਹੈ, ਇਤਨਾ ਬੜਾ ਮੈਡਲ ਲੈ ਕੇ ਆਇਆ, ਇਸ ਮਾਤਾ ਪਿਤਾ ਕੇ ਲੀਏ, ਦਾਦੀ ਦਾਦਾ ਕੇ ਲੀਏ, ਇਸ ਜ਼ਿਆਦਾ ਖੁਸ਼ੀ ਕੀ ਕਿਆ ਚੀਜ਼ ਹੋ ਸਕਤੀ ਹੈ। ਔਰ ਮੈਂ ਇੱਕ ਚੀਜ਼ ਕਹਿਣਾ ਚਾਹਤਾ ਹੂੰ, ਇਸਮੇਂ ਦੋ ਮੇਰੇ ਭਾਈ ਐਸੇ ਹੈ, ਇੱਕ ਮੇਰਾ ਛੋਟਾ ਭਾਈ ਮਨੋਜ, ਇੱਕ ਮੇਰੇ ਸਹਿਯੋਗੀ ਹੈ ਧਰਮਿੰਦਰ ਸ਼ਰਮਾ ਜੀ, ਜੋ ਦਿਨ ਰਾਤ ਉਸਕੇ ਸਾਥ ਰਹਿਤੇ ਹੈ, ਬਹੁਤ ਮਿਹਨਤ ਕਰਦੇ ਹੈ।